ਇੱਥੇ ਆ ਕੇ ਦਰਵਾਜ਼ਾ ਭੰਨਿਆ ਜੀ, ਮੈਂ ਤੁਹਾਨੂੰ ਦੱਸਾਂ ਸਟੋਰੀ ਗੁਰਦੁਆਰਾ ਸਾਹਿਬ ਜਦੋਂ ਆਏ ਸਰੂਪ ਚੱਕ ਕੇ ਤਾਂ ਰੇਡੀਓ ਲੱਭਦੇ ਸੀਗੇ ਜਾਂ ਪਤਾ ਨੀ ਹੁਣ ਕੀ, ਏਦਾਂ ਸਾਨੂੰ ਇਹੀ ਅੰਦਾਜ਼ਾ ਸ਼ਾਇਦ ਰੇਡੀਓ ਲੱਭਦੇ ਹੋਣੇ ਆ, ਤੇ ਇੱਕ ਕਮਰੇ ਦਾ ਦਰਵਾਜ਼ਾ ਉਹਨਾਂ ਨੇ ਮਤਲਬ ਲੱਕੜ ਦੇ ਹਲਕੇ ਹਲਕੇ ਦਰਵਾਜ਼ੇ ਹੁੰਦੇ ਇਹਨਾਂ ਮੁਲਖਾਂ ਦੇ ਵਿੱਚ, ਕੰਧਾਂ ਚ ਵੀ ਤੁਸੀਂ ਕੰਧ ਦੇ ਵਿੱਚ ਵੀ ਜ਼ੋਰ ਨਾਲ ਮੁੱਕਾ ਮਾਰੋ ਤਾਂ ਮੋਰਾ ਨਿਕਲ ਜਾਂਦਾ ਇੱਥੇ, ਮਤਲਬ ਲੱਕੜ ਦੇ ਘਰ ਹੁੰਦੇ ਆ, ਜਿਫ ਬੋਰਡ ਲੱਗਿਆ ਹੁੰਦਾ ਬਾਹਰ, ਬੜਾ ਸੋਫਟ ਹੁੰਦਾ ਉਹ, ਜੇ ਮੁੱਕਾ ਮਾਰੋ ਤਾਂ ਉਹਦੇ ਵਿੱਚ ਮੋਰਾ ਨਿਕਲ ਜਾਂਦਾ ਇੱਦਾਂ। ਹੁਣ ਕੰਧ ਦਰਵਾਜ਼ੇ ਦੇ ਵਿੱਚ ਮਾਰਿਆ, ਦਰਵਾਜ਼ਾ ਜਿਹੜਾ ਸੈਂਟਰ ਦੇ ਵਿੱਚ ਮੋਟੀ ਸਾਈਡਾਂ ਤੇ ਮੋਟੀ ਲੱਕੜ ਹੈ ਦਰਵਾਜ਼ੇ ਦੇ, ਸੈਂਟਰ ਦੇ ਵਿੱਚ ਪਤਲੀ ਲੱਕੜ ਲੱਗੀ ਹੋਈ ਸੀ ਪਲਾਈ, ਉਹ ਟਾਈ ਆ ਦਰਵਾਜ਼ੇ ਦਾ, ਉੱਥੇ ਕਿਹੜਾ ਸਿਕਿਉਰਿਟੀ ਪਰਪਜ਼ ਨਾਲ ਬਾਹਰਲੇ ਡੋਰ ਮਜ਼ਬੂਤ ਹੁੰਦੇ ਆ, ਉਹ ਮਾਰਿਆ ਮੋਰਾ ਨਿਕਲ ਗਿਆ ਇੱਦਾਂ। ਮਤਲਬ ਐਡੇ ਐਕਸਟ੍ਰੀਮਿਸਟ ਹੈ, ਪਰ ਸਵਾਰਥੀ ਐਡੇ ਹੈ ਕਿ ਜਦੋਂ ਮਤਲਬ ਪੁਲਿਸ ਨੇ ਚਾਰਜ ਕਰਨੇ ਸ਼ੁਰੂ ਕੀਤੇ, ਉੱਥੇ ਇਹ ਨਾ ਮੰਨਣ ਨੂੰ ਤਿਆਰ ਹੋਵੇ ਵੀ ਮੋਰਾ ਕੱਢਿਆ ਹੀ ਨਹੀਂ, ਇੱਕ ਦੂਜੇ ਦਾ ਨਾਂ ਦੱਸੀ, ਜਿਹੜੇ ਬੰਦੇ ਨੇ ਕੱਢਿਆ ਸੀਗਾ ਜਦੋਂ ਉਹ ਕਹਿੰਦੇ ਵੀ ਬੰਦੇ ਨੇ ਦੱਸਤਾ, ਉਹ ਕਹਿੰਦੇ ਜੀ ਮੈਨੂੰ ਨਾ ਕੁਛ ਕਹੋ, ਇਹਨੇ ਮੁੱਕਾ ਮਾਰਿਆ ਉੱਥੇ ਜਾ ਕੇ ਏਦਾਂ, ਉਹ ਕਹਿੰਦਾ ਵੀ ਮੇਰਾ ਨਾਮ ਹੈ ਨੀ ਲਿਸਟ ਦੇ ਵਿੱਚ, ਤੁਸੀਂ ਮੇਰਾ ਨਾਂ ਹੁਣ ਕਾਹਤੇ ਪਵਾਉਣ ਲੱਗੇ ਹੋ, $500 ਜਿਹੜਾ ਦਰਵਾਜ਼ੇ ਤੇ ਲੱਗਣਾ ਮੈਂ ਦੇ ਦਿੰਦਾ ਤੁਹਾਨੂੰ, ਉਹ ਰਿਪੇਅਰ ਕਰਾ ਦੋ ਏਦਾਂ। ਹੁਣ ਇਸ ਲੈਵਲ ਦੇ ਬੰਦੇ ਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਵੀ ਅਸੀਂ ਸਿੰਘ ਏਦਾਂ ਹੁੰਦੇ ਆ, ਸਿੰਘ ਏਦਾਂ ਹੁੰਦੇ ਆ। ਅੱਜ ਨਾ ਇੱਕ ਸਟੈਂਡ ਅਪ ਕਮੇਡੀਅਨ ਦਾ ਮੈਂ ਸਕਿੱਟ ਸੁਣਾ, ਉਹਨੇ ਉਹ ਕਹਿੰਦਾ ਜਿਹੜੀ ਮੂਵੀ ਆਈ ਸੀ ਨਾ ਪਿੱਛੇ ਰਾਜਪੂਤਾਂ ਵਾਲੀ, ਬਾਜੀਰਾਵ ਨੀ ਜਿਹੜੀ ਹੁਣ ਪਿੱਛੇ ਰੋਲਾ ਜਿਹਦਾ ਪਦਮਾਵਤੀ, ਪਦਮਾਵਤੀ ਮੂਵੀ ਆਈ ਸੀ ਤੇ ਉਹਦੇ ਵਿੱਚ ਕਿਉਂਕਿ ਹੁਣ ਰਾਜਪੂਤਾਂ ਦੇ ਨਾਲ ਕੰਸਰਨ ਸੀਗੀ ਉਹ, ਤੇ ਉਹਦੇ ਵਿੱਚ ਕਾਫੀ ਰੋਲਾ ਪਿਆ ਸਾਰਿਆਂ ਨੂੰ ਪਤਾ, ਉਹਦਾ ਨਾਂ ਵੀ ਬਦਲ ਕੇ ਪਦਮਾਵਤ ਕੀਤਾ ਸੀ ਉਹਨਾਂ ਨੇ ਬਾਅਦ ਦੇ ਵਿੱਚ, ਤੇ ਕਰਮੀ ਸੈਨਾ ਵਾਲੇ, ਹੋਰ ਸੈਨਾ ਵਾਲੇ, ਬੜਾ ਰੋਲਾ ਪਾਇਆ ਉਹਨਾਂ ਨੇ। ਤੇ ਜਿਹੜੇ ਬੰਦੇ ਪੜ੍ਹੇ ਲਿਖੇ ਸਿਆਣੇ ਵੱਡੇ ਮੁਲਕਾਂ ਚ ਰਹਿੰਦੇ ਆ, ਸੋਰੀ ਵੱਡੀਆਂ ਕੰਟਰੀਆਂ ਸਿਟੀਆਂ ਚ ਰਹਿੰਦੇ ਆ, ਉਹਨਾਂ ਬੰਦਿਆਂ ਨੇ ਇਸ ਚੀਜ਼ ਨੂੰ ਲੈ ਕੇ ਜਿਹੜਾ ਕੀਤਾ ਵੀ ਸੀਗਾ ਵੀ ਇੱਕ ਫਿਲਮ ਦੇ ਵਿੱਚ ਜਿਹੜਾ ਇਹ ਤੁਸੀਂ ਇਸ ਤਰੀਕੇ ਨਾਲ ਜਿਹਦਾ ਪੋਜ਼ ਕਰ ਰਹੇ ਹੋ ਤੁਹਾਡਾ ਵੈਲਿਡ ਨਹੀਂ ਗਾ ਇਹ, ਔਰ ਜਿਹੜੀਆਂ ਧਮਕੀਆਂ ਤੁਸੀਂ ਦੇ ਰਹੇ ਹੋ ਸਾੜਨ ਦੀਆਂ ਬਾਲਣ ਦੀਆਂ, ਇਹ ਵੀ ਠੀਕ ਨਹੀਂ ਗੀਆਂ ਆਪਣੇ ਲੈਵਲ ਤੇ, ਤੁਸੀਂ ਕੰਪਲੇਂਟ ਕਰ ਸਕਦੇ ਹੋ ਸੈਂਸਰ ਬੋਰਡ ਨੂੰ, ਜੋ ਵੀ ਤਰੀਕਾ ਹੈਗਾ ਕਰ ਲਓ ਤੁਸੀਂ, ਜੇ ਤੁਹਾਨੂੰ ਲੱਗਦਾ ਸੈਂਸਰ ਬੋਰਡ ਠੀਕ ਨਹੀਂ ਕਰ ਰਿਹਾ, ਜੋ ਨਹੀਂ ਕਰ ਰਿਹਾ ਉਹਦੇ ਲਈ ਤੁਸੀਂ ਨੈਕਸਟ ਸਟੈਪ ਚੱਕੋ ਆਪਣਾ, ਏਦਾਂ ਕੋਈ ਇਹ ਕੋਈ ਜਜਬ ਤਰੀਕਾ ਨਹੀਂ ਗਾ। ਉਹਨਾਂ ਨੇ ਆਪਣੀ ਸਟੈਂਡ ਅਪ ਕਮੇਡੀਅਨਾਂ ਨੇ ਗੱਲ ਕੀਤੀ ਤਾਂ ਉਹ ਬੰਦਾ ਕਹਿੰਦਾ ਵੀ ਜਦੋਂ ਮੈਂ ਕੀਤੀ ਤੇ ਮੈਨੂੰ ਧਮਕੀਆਂ ਬਹੁਤ ਆਈਆਂ, ਏਦਾਂ ਕਹਿੰਦਾ ਇੱਕ ਧਮਕੀ ਤਾਂ ਐਸੀ ਆਈ ਉਹਨੇ ਏਦਾਂ ਫਨੀ ਵੇ ਦੇ ਵਿੱਚ ਸੁਣਾਈ ਨਾ ਏਦਾਂ ਕਰਕੇ, ਕਹਿੰਦਾ ਮੈਨੂੰ ਕਹਿੰਦਾ ਮੈਸੇਜ ਕਰਕੇ ਕਹਿੰਦਾ ਤੂੰ ਝਾਲਾਵਾੜ ਆ, ਮਤਲਬ ਰਾਜਸਥਾਨ ਦਾ ਇੱਕ ਸਿਟੀ ਹੈ, ਸ਼ਹਿਰ ਹੈ ਛੋਟਾ ਕੋਈ ਝਾਲਾਵਾੜ, ਜਿਹਨਾਂ ਨੂੰ ਨਹੀਂ ਪਤਾ ਮੈਂ ਦੱਸਾਂ, ਕਹਿੰਦਾ ਵੀ ਤੂੰ ਝਾਲਾਵਾੜ ਆ ਮੈਂ ਤੈਨੂੰ ਕੁੱਟਣਾ। ਉਹ ਕਹਿੰਦਾ ਵੀ ਮੈਂ ਤੁਸੀਂ ਮਤਲਬ ਬਦ ਦਿਮਾਗ ਤਾਂ ਹੈਗੇ ਹੀ ਹੋ, ਮਤਲਬ ਐਕਸਟ੍ਰੀਮਿਸਟ ਤਾਂ ਹੈਗੇ ਹੋ, ਕੋਮਨ ਸੈਂਸ ਨਾਂ ਦੀ ਵੀ ਕੋਈ ਚੀਜ਼ ਨੀ, ਵੀ ਕੁੱਟ ਵੀ ਮੈਂ ਖਾਵਾਂ ਤੇ ਝਾਲਾਵਾੜ ਵੀ ਮੈਂ ਆ, ਮਤਲਬ ਘੱਟੋ ਘੱਟ ਜੇ ਤੁਹਾਨੂੰ ਮੰਨ ਲਓ ਤੁਹਾਡੇ ਵਿੱਚ ਆਪਣੀ ਧਰਮ ਨੂੰ ਲੈ ਕੇ ਤੁਹਾਡੇ ਵਿੱਚ ਐਕਸਟ੍ਰੀਮ ਲੈਵਲ ਤੇ ਤੁਸੀਂ ਪਹੁੰਚੇ ਹੋਏ ਹੋ, ਤੁਸੀਂ ਕਿਸੇ ਨੂੰ ਜਰ ਨਹੀਂ ਸਕਦੇ, ਤੁਸੀਂ ਤੁਹਾਡੀਆਂ ਆਪਣੀਆਂ ਜਿਹੜੀਆਂ ਮਨੋਤਾਂ ਜਿਹੜੀਆਂ ਹੈਗੀਆਂ ਨੀਵੇਂ ਪੱਧਰ ਦੀਆਂ ਹੈਗੀਆਂ ਉਹ ਤਾਂ ਚਲੋ ਹੈਗੀਆਂ, ਕੋਮਨ ਸੈਂਸ ਵੀ ਤਾਂ ਕੋਈ ਚੀਜ਼ ਹੁੰਦੀ ਹੈ ਨਾ, ਤੂੰ ਏਦਾਂ ਅੰਦਾਜ਼ਾ ਕਿੱਦਾਂ ਲਾ ਸਕਦਾ ਹੈ ਵੀ ਮਤਲਬ ਕੁੱਟੇ ਵੀ ਕੁੱਟ ਵੀ ਮੈਂ ਖਾਣੀ ਹੈ ਤੇ ਤੇਰੇ ਕੋਲ ਵੀ ਮੈਂ ਆਵਾਂ, ਮੈਂ ਆਵਾਂ ਕਿ ਯਾਰ ਕੁੱਟ ਲਾ। ਬੰਦੇ ਜਿਹੜੇ ਹੈਗੇ ਆ ਜਿੱਦਾਂ ਧਮਕੀਆਂ ਦਿੰਦੇ ਆ, ਤੂੰ ਇੰਡੀਆ, ਹਾਂਜੀ ਮਤਲਬ ਇੰਡੀਆ, ਕੱਲ ਪਰਸੋਂ ਮੈਨੂੰ ਫੋਨ ਆਇਆ ਇੱਕ ਦਾ, ਕਹਿੰਦਾ ਤੂੰ ਪੰਜਾਬ ਆ, ਤਾਂ ਨੰਬਰ ਉਹਦਾ ਬਾਹਰਲਾ ਸੀਗਾ, ਮੈਂ ਕਿਹਾ ਤੂੰ ਕਿੱਥੇ ਆ, ਕਹਿੰਦਾ ਮੈਂ ਅਰਬ ਕੰਟਰੀ ਚ ਆ, ਤਾਂ ਮੈਂ ਕਿਹਾ ਤੂੰ ਮੈਨੂੰ ਕਹਿੰਦੇ ਕਹੀ ਇੰਨੇ ਪੰਜਾਬ ਆ, ਕਹਿੰਦਾ ਮੈਂ ਅਗਲੇ ਮਹੀਨੇ ਪੰਜਾਬ ਜਾਣਾ, ਮੈਂ ਕਿਹਾ ਤੂੰ ਕੀ ਚਾਹੁੰਦਾ ਵੀ ਅਗਲੇ ਮਹੀਨੇ ਮੈਂ ਦਵਾ ਦਾ ਟਿਕਟ ਕਰਾ ਕੇ ਤੇਰੇ ਕੋਲ ਆਵਾਂ ਇੱਦਾਂ, ਵੀ ਤਾਂ ਕਿ ਤੂੰ ਮੈਨੂੰ ਕੁੱਟਣਾ ਚਾਹੁੰਦਾ ਵੀ ਮੈਂ ਟਿਕਟ ਦਵਾ ਦਾ ਐਮਰਜੈਂਸੀ ਚ ਕਰਾਵਾਂ ਇੱਦਾਂ ਮਹਿੰਗੀ ਸਸਤੀ ਲੈ ਕੇ, ਵੀ ਹੁਣ 22 ਅਰਬ ਕੰਟਰੀ ਚੋਂ ਆਇਆ, ਪਤਾ ਨੀ 15-20 ਦਿਨ ਦੀ ਛੁੱਟੀ ਹੋਣੀ ਉਹਦੇ ਕੋਲ, ਵੀ ਦਵਾ ਦਾ ਜਾ ਕੇ ਪੰਜਾਬ ਸਟਾਕਰ, ਮਤਲਬ ਯਾਰ ਕੋਮਨ ਸੈਂਸ ਕਿੱਥੇ ਘਾ ਚਰਨ ਗਈ ਆ ਤੁਹਾਡੀ ਇੱਦਾਂ, ਵੀ ਤੁਸੀਂ ਕੋਈ ਬੰਦਾ ਆਪਣੇ ਆਪ ਦੇ ਵਿੱਚ ਤੁਹਾਡੀਆਂ ਮਨੋਤਾਂ ਬਹੁਤ ਨੀਵੇਂ ਪੱਧਰ ਦੀਆਂ ਹੈਗੀਆਂ, ਪਰ ਯਾਰ ਜ਼ਿੰਦਗੀ ਜੀਣ ਦੀ ਸਮਸ ਕੋਮਨ ਸੈਂਸ ਤਾਂ ਹੁੰਦੀ ਆ। ਇੱਕ ਜਨਾਨੀ ਦੀ ਨਾ ਮੈਂ ਤੁਹਾਨੂੰ ਕੋਮਨ ਸੈਂਸ ਦੀ ਗੱਲ ਸੁਣਾਉਣਾ, ਇੱਕ ਜਨਾਨੀ ਨਾ
ਜੰਤਰ ਮੰਤਰ ਦੇ ਉੱਤੇ ਕਿਸੇ ਨੇ ਵੀਡੀਓ ਸ਼ਾਇਦ ਦੇਖੀ ਵੀ ਹੋਵੇ, ਜੈਪੁਰ ਦੀ ਰਾਜਸਥਾਨ ਦੀ ਜਨਾਨੀ ਹੈ, ਠੀਕ ਹੈ, ਜੰਤਰ ਮੰਤਰ ਦੇ ਉੱਤੇ ਭੁੱਖ ਹੜਤਾਲ ਤੇ ਬੈਠੀ ਹੈ, ਏਦਾਂ ਅਨਸ਼ਨ ਤੇ ਬੈਠੀ ਹੈ, ਇਕੱਲੀ ਬੈਠੀ ਹੈ, ਡਿਮਾਂਡ ਉਹਦੀ ਕੀ ਹੈ ਉਹ ਪੁੱਛਣ ਗਏ ਏਦਾਂ ਨਾ, ਮੀਡੀਆ ਵਾਲਾ ਕੋਈ ਬੰਦਾ ਛੋਟਾ ਜਿਹਾ ਚੈਨਲ ਕੋਈ ਹੋਣਾ ਏਦਾਂ, ਉਹ ਪੁੱਛ ਰਿਹਾ ਉਹਨੂੰ ਵੀ ਤੇਰੀ ਡਿਮਾਂਡ ਕੀ ਹੈ, ਉਹ ਕਹਿੰਦੀ ਮੈਂ ਮੋਦੀ ਮੇਰੇ ਨਾਲ ਵਿਆਹ ਕਰਾਵੇ, ਠੀਕ ਹੈ, ਡਿਮਾਂਡ ਹੈ ਅਗਲੀ ਦੀ। ਹੁਣ ਮਤਲਬ ਉਹ ਚਲੋ ਉੱਥੇ ਤਰਕ ਤਾਂ ਬੜੇ ਉਹਨਾਂ ਦੇ ਜਿਹੜਾ ਹੁੰਦੇ ਹੀ ਆਪਣੇ ਆਪ ਦੇ ਵਿੱਚ, ਸਵਾਲ ਪੁੱਛਣ ਵਾਲਾ ਵੀ ਏਦਾਂ ਪੁੱਛੀ ਜਾਂਦਾ ਵੀ ਤੂੰ ਆਪਣੀ ਮੈਸੇਜ ਗੱਲ ਪਹੁੰਚਾਤੀ ਮੋਦੀ ਤੱਕ, ਪਹਿਲੇ ਸਿੱਟੇ ਤੇ ਉਹਨੂੰ ਕਹਿਣਾ ਚਾਹੀਦਾ ਕਾਮਨ ਸੈਂਸ ਦੇ ਆਧਾਰ ਦੇ ਉੱਤੇ ਵੀ ਕੀ ਬੇਵਕੂਫੀ ਵਾਲਾ ਤੇਰਾ ਸਟੈਪ ਹੈ ਨਾ ਇਹ। ਚਲੋ ਉਹ ਗੱਲਬਾਤ ਹੁੰਦੀ ਗਈ, ਉਹ ਕਹਿੰਦਾ ਵੀ ਤੂੰ ਮੋਦੀ ਨਾਲ ਵਿਆਹ ਕਰਾਉਣਾ, ਕਾਮਨ ਸੈਂਸ ਦੀ ਮੈਂ ਤੁਹਾਨੂੰ ਗੱਲ ਦੱਸਦਾ ਵੀ ਲੋਕਾਂ ਦੇ ਵਿੱਚ ਮਨੋਤਾਂ ਤਾਂ ਮਾੜੀਆਂ ਹੈਗੀਆਂ ਸਾਡੀਆਂ, ਤੇ ਕਾਮਨ ਸੈਂਸ ਕਿੱਡੀ ਮਾੜੀ ਹੈ ਸਾਡੀ। ਉਹਨੂੰ ਕਹਿੰਦਾ ਵੀ ਤੈਨੂੰ ਪਤਾ ਮੋਦੀ ਵਿਆਹਿਆ ਗਿਆ, ਉਹ ਕਹਿੰਦੀ ਮੈਂ ਵੀ ਵਿਆਹੀ ਪਈ ਹਾਂ, ਕਹਿੰਦੀ ਤਾਂ ਕੀ ਹੋ ਗਿਆ ਮੈਂ ਵੀ ਵਿਆਹੀ ਪਈ ਹਾਂ। ਉਹ ਕਹਿੰਦਾ ਵੀ ਮੈਨੂੰ ਇਹ ਗੱਲ ਦੱਸ ਵੀ ਮੋਦੀ ਤੇਰੇ ਨਾਲ ਵਿਆਹ ਕਿਉਂ ਕਰਾਵੇ, ਹਾਂਜੀ ਕਾਮਨ ਸੈਂਸ ਦੀ ਗੱਲ, ਹਾਂਜੀ ਮੋਦੀ ਤੇਰੇ ਨਾਲ ਵਿਆਹ ਕਿਉਂ ਕਰਾਵੇ। ਉਹ ਕਹਿੰਦੀ ਮੋਦੀ ਮੇਰੇ ਨਾਲ ਵਿਆਹ ਇਸ ਕਰਕੇ ਕਰਾਵੇ ਕਿਉਂਕਿ ਉਹ ਦੇਸ਼ ਦਾ ਰਾਜਾ ਹੈ, ਹਾਂਜੀ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਦੇਸ਼ ਦਾ ਰਾਜਾ ਹੈ, ਤੇ ਉਹਦਾ ਫਰਜ਼ ਬਣਦਾ ਪ੍ਰਜਾ ਦੀ ਗੱਲ ਸੁਣਨੀ, ਠੀਕ, ਮੈਂ ਪ੍ਰਜਾ ਤੇ ਉਹ ਰਾਜਾ, ਤੇ ਮੈਂ ਪ੍ਰਜਾ ਦੀ ਡਿਮਾਂਡ ਇਹ ਮੇਰੇ ਨਾਲ ਰਾਜਾ ਵਿਆਹ ਕਰਾਵੇ। ਇਹ ਹੈ ਮਤਲਬ ਆਪਣੇ ਆਪ ਦੇ ਵਿੱਚ ਜਿਹੜਾ ਅਕਲ ਦਾ ਜਨਾਜ਼ਾ ਜਿਹਨੂੰ ਕਹਿੰਦੇ ਆ, ਹਾਂਜੀ, ਤੇ ਇਹ ਅਕਲ ਦਾ ਜਨਾਜ਼ਾ ਜੇ ਤੁਸੀਂ ਸਿੱਖਾਂ ਦਾ ਦੇਖਣਾ ਹੋਵੇ ਤੇ ਕੇ ਟੀਵੀ ਸੁਣਿਆ ਕਰੋ ਸਾਰੇ ਜਾਣੇ, ਇਹਦਾ ਇੰਗਲੈਂਡ ਤੋਂ ਚੱਲਦਾ, ਉਹ ਉੱਥੇ ਬੰਦੇ ਬਹਿੰਦੇ ਆ ਕੇ ਬੜੇ ਵੱਡੇ 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 ਵਿਦਵਾਨ ਆਉਂਦੇ ਆ ਉੱਥੇ, ਪੂਰਾ ਅੰਦਾਜ਼ਾ ਲੱਗ ਜਾਣਾ ਮਤਲਬ ਜਨਾਜ਼ਾ ਇੰਨਾ ਕੱਢਦੇ ਆ ਨਾ ਅਕਲ ਦਾ। ਉਹ ਕਹਿੰਦੇ ਉਹ ਮੇਰਾ ਤੋਬਾ ਜਿਹੜੀਆਂ ਸਟੇਟਮੈਂਟਾਂ ਉਹ ਦਿੰਦੇ ਆ ਇੱਦਾਂ, ਜੀਤਾ ਕਹਿਣ ਲੱਗਿਆ ਕੇ ਟੀਵੀ ਤੇ ਬੈਠ ਕੇ, ਉਹ ਕਹਿੰਦਾ ਵੀ ਜੇ ਤੁਸੀਂ ਭਿੰਡਰਾਂ ਵਾਲਿਆਂ ਦੇ ਖਿਲਾਫ਼ ਗੱਲ ਕਰਨੀ ਹੈ ਤਾਂ ਭਿੰਡਰਾਂ ਵਾਲੇ ਤਾਂ ਪੰਜਾਬ ਦੇ ਵਿੱਚ ਕੰਮ ਕੀਤਾ ਸੀਗਾ ਤਾਂ ਤੁਸੀਂ ਪੰਜਾਬ ਜਾ ਕੇ ਕਰੋ ਗੱਲ, ਮਤਲਬ ਕਾਮਨ ਸੈਂਸ ਦਾ ਜਨਾਜ਼ਾ ਦੇਖੋ ਆਪਣੇ ਆਪ ਦੇ ਵਿੱਚ। ਹਾਂਜੀ, ਜਦਕਿ ਗੱਲ ਜਦੋਂ ਇੱਥੇ ਬੰਦਾ ਕਰਦਾ ਇੰਟਰਨੈਟ ਦੇ ਮਾਧਿਅਮ ਰਾਹੀਂ ਸਾਰੀ ਕੰਟਰੀਆਂ ਜਾਂਦੀ ਹੈ, ਨਾਲੇ ਸਿੱਖ ਇਕੱਲੇ ਪੰਜਾਬ ਚ ਥੋੜੀ ਰਹਿੰਦੇ ਆ, ਸਾਰੇ ਪਾਸੇ ਜਿਹੜੇ ਬੰਦੇ ਐਕਸਟ੍ਰੀਮਿਸਟ ਬੰਦੇ ਜਿਹੜੇ ਹੈਗੇ ਆ ਉਹ ਤਾਂ ਪੰਜਾਬ ਚ ਰਹੇ ਨੀ ਅੱਜ ਕੱਲ ਤਾਂ, ਉਹ ਤਾਂ ਸਾਰੇ ਸਰਕਾਰਾਂ ਦੇ ਰਲ ਕੇ ਚੱਲਦੇ ਆ, ਤਾਂ ਸਾਰੇ ਬੰਦੇ ਤਾਂ ਆ ਕੇ ਬਾਹਰ ਬੈਠੇ ਆ। ਹੁਣ ਗੱਲ ਤਾਂ ਬਾਹਰ ਕਰਨ ਦੀ ਜ਼ਰੂਰਤ ਹੈ, ਜੇ ਅਸੀਂ ਪੰਜਾਬ ਜਾ ਕੇ ਕਰੀਏ ਤਾਂ ਕੋਈ ਬੰਦਾ ਸਾਨੂੰ ਇਹ ਕਹਿ ਸਕਦਾ ਭਾਈ ਇੱਥੇ ਤਾਂ ਹੈ ਹੀ ਕੋਈ ਨੀ ਗਾ, ਇੱਥੇ ਤੁਸੀਂ ਕੀ ਕਰਨ ਲੱਗੇ ਹੋ, ਸਾਰੇ ਜਾਂਦੇ ਤਾਂ ਬੜੇ ਬੜੇ ਆਰਾਮ ਦੇ ਨਾਲ ਸਰਕਾਰ ਨਾਲ ਰਲ ਕੇ ਚੱਲਦੇ ਆ ਇਹ, ਵੀ ਬਾਕੀ ਤਾਂ ਸਾਰੇ ਨਿਕਲ ਗਏ ਇੰਗਲੈਂਡ ਨੂੰ, ਕੋਈ ਅਮਰੀਕਾ ਨਿਕਲ ਗਿਆ, ਕੋਈ ਨਿਊਜ਼ੀਲੈਂਡ ਨਿਕਲ ਗਿਆ, ਇੱਥੇ ਤੁਸੀਂ ਕਿਉਂ ਰੋਲਾ ਪਾਈ ਜਾਂਦੇ ਹੋ, ਬਾਹਰ ਜਾ ਕੇ ਸੁਣਾਓ, ਫਿਰ ਤਾਂ ਗੱਲ ਮਤਲਬ ਸੈਂਸ ਬਣਦੀ ਇਸ ਗੱਲ ਦੀ। ਹਾਂਜੀ, ਤੇ ਮਤਲਬ ਜੀਤਾ ਜਿਹੜੀ ਸਟੇਟਮੈਂਟ ਦੇ ਰਿਹਾ ਤੁਸੀਂ ਉਹਦੀ ਦੂਜੀ ਸਟੇਟਮੈਂਟ ਦੇਖੋ, ਮਤਲਬ ਉਹਦੇ ਨਾਲ ਰਲਦੀ ਆਪਣੇ ਆਪ ਦੇ ਵਿੱਚ, ਜੇ ਤੁਸੀਂ ਇਸ ਪੈਮਾਨਾ ਇਹ ਜਿਹੜਾ ਤੁਹਾਡਾ ਹੈਗਾ ਆਪਣੇ ਆਪ ਦੇ ਵਿੱਚ ਤਰੀਕਾ, ਇਹ ਤੁਹਾਡਾ ਲੌਜਿਕ ਹੈ, ਤਰਕ ਹੈ ਇਹ ਗੱਲ ਕਰਨ ਦਾ ਵੀ ਤੁਸੀਂ ਪੰਜਾਬ ਚ ਕਿਉਂ ਜਾਈਏ ਅਸੀਂ, ਤਾਂ ਜਿਹੜੀ ਗੱਲ ਤੁਸੀਂ ਪ੍ਰਚਾਰ ਕਰ ਰਹੇ ਹੋ ਗੁਰੂਆਂ ਦਾ, ਹਾਂਜੀ ਗੁਰੂ ਤਾਂ ਸਾਰੇ ਪੰਜਾਬ ਚ ਹੋਏ ਆ, ਵੀ ਤੁਸੀਂ ਝੱਖ ਮਾਰਦੇ ਹੋ ਇੰਗਲੈਂਡ ਦੇ ਵਿੱਚ ਬੈਠੇ, ਇੱਥੇ ਉਹ ਤਾਂ ਆਏ ਨੀ ਇੱਧਰ ਇੰਗਲੈਂਡ ਵਾਲੇ, ਉੱਥੇ ਇੰਗਲੈਂਡ ਵਾਲੇ ਪਾਸੇ ਆਏ ਨੀ ਗੇ, ਤੁਸੀਂ ਇੰਗਲੈਂਡ ਚ ਬੈਠੇ ਕੀ ਕਰਦੇ ਹੋ, ਬਿਲਕੁਲ ਕੋਈ ਬੰਦਾ ਤੁਹਾਨੂੰ ਨੀ ਪੁੱਛ ਸਕਦਾ ਹੈਗਾ, ਪਰ ਹੁਣ ਕਿਉਂਕਿ ਹੈ ਤਾਂ ਇਹ ਬੜੇ ਘਟੀਆ ਲੈਵਲ ਦਾ ਤਰਕ, ਅਸੀਂ ਤਾਂ ਸਿਰਫ ਇਹਨਾਂ ਦੇ ਜਵਾਬ ਦੇ ਵਿੱਚ ਦਿੱਤਾ ਇੱਦਾਂ, ਅਸੀਂ ਇਸ ਲੈਵਲ ਦਾ ਤਰਕ ਕਦੇ ਕਰਾਂਗੇ ਨੀ ਕਿਸੇ ਨੂੰ, ਕੋਈ ਬੰਦਾ ਸਾਨੂੰ ਇਹ ਨਾ ਕੋਈ ਅਸੀਂ ਕੀਤਾ ਸ਼ਾਇਦ, ਇਹ ਆਪਣੇ ਲੈਵਲ ਤੇ ਬੰਦਿਆਂ ਦਾ ਇੰਨੇ ਥੱਲੜੇ ਪੱਧਰ ਤੇ ਜ਼ਿੰਦਗੀ ਜੀ ਰਹੇ ਆ ਇਹ ਬੰਦੇ। ਸਾਡਾ ਨਾ ਇੱਕ ਸਰੋਤੇ 0108 ਦੇ ਉੱਤੇ, ਪਹਿਲਾਂ ਆਪਾਂ ਉਹਨਾਂ ਦੀ ਗੱਲ ਸੁਣ ਲਈਏ। ਸਵਾਗਤ ਹੈ ਜੀ ਤੁਹਾਡਾ। ਹੈਲੋ, ਸਤਿ ਸ੍ਰੀ ਅਕਾਲ ਭਾਜੀ, ਇੰਦਰਜੀਤ ਬੋਲਦਾ ਜੀ, ਕੈਲੀਫੋਰਨੀਆ ਤੋਂ ਸਾਰਿਆਂ ਨੂੰ। ਹਾਂਜੀ, ਸਤਿ ਸ੍ਰੀ ਅਕਾਲ ਜੀ, ਥੋੜਾ ਜਿਹਾ ਉੱਚੀ ਬੋਲੀ ਜਾਇਓ। ਓਕੇ ਭਾਜੀ, ਭਾਜੀ ਮੈਂ ਤਾਂ ਇਹ ਕਹਿਣਾ ਵੀ ਜੀਤੇ ਵਾਲਾ ਉਹ ਕੰਮ ਆ ਵੀ ਸਾਡਾ ਕੁੱਤਾ ਟੌਮੇ ਤੇ ਦੂਜੇ ਦਾ ਕੁੱਤਾ ਕੁੱਤਾ। ਆਹੋ, ਕੁੱਤੇ ਨੂੰ ਕੁੱਤਾ ਵੀ ਨੀ ਕਹਿੰਦੇ ਜੀ, ਇਹ ਤਾਂ ਕਹਿੰਦੇ ਦੂਜੇ ਦਾ ਕੁੱਤਾ ਚੂਹਾ। ਉਹ ਯਾਨੀ ਕਿ ਹੁਣ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਕੀ ਹੋ ਰਿਹਾ ਤੇ ਕੀ ਨਹੀਂ ਹੋਇਆ, ਐਗਜ਼ਾਮਪਲ ਇਹਨਾਂ ਦੇ ਮੂਹਰੇ ਆ ਗਿਆ, ਬਹੁਤ ਸੋਹਣਾ। ਤੇ ਬਾਕੀ ਭਾਜੀ ਏਦਾਂ ਹੈ ਵੀ
ਜਿੱਦਾਂ ਮੁਸਲਿਮ ਕੌਮ ਦੀ ਗੱਲ ਕਰਦੇ ਹਾਂ ਜਾਂ ਗੋਰੇ ਜਿੱਦਾਂ ਐਕਸਟ੍ਰੀਮਿਸਟ ਆਪਾਂ ਇਹਨਾਂ ਨੂੰ ਕਹਿੰਦੇ ਹੈਪਨ, ਇਹ ਵਾਰ ਲੈਵਲ ਤੇ ਕਈ ਘਟਨਾਵਾਂ ਘਟਦੀਆਂ ਜਿੱਦਾਂ ਹੁਣ ਜੀਤੇ ਹੋਣੀ ਹੈਗੇ, ਇਹ ਵੀ ਇਹ ਹਲੇ ਥੱਲੜੇ ਲੈਵਲ ਤੇ, ਇਹ ਲੋਕਲ ਲੈਵਲ ਤੇ ਜ਼ਰੂਰ ਕਰ ਰਹੇ ਆ ਇਹ, ਜਿੱਦਾਂ ਹੁਣ ਇੰਗਲੈਂਡ ਚ ਹੋਇਆ, ਸਨੋਜੇ ਹੋਇਆ ਸੀਗਾ, ਮਤਲਬ ਹੋਰ ਅੰਦਰੂਨੀ ਕਾਫੀ ਹੋਇਆ, ਪਰ ਜੇ ਜਿੱਦਾਂ ਹੁਣ ਤੁਸੀਂ ਗੱਲਬਾਤ ਕਰਕੇ ਲੋਕਾਂ ਨੂੰ ਵੀ ਦੱਸ ਰਹੇ ਆ ਵੀ ਹਾਂ ਆਹ ਚੀਜ਼ ਹੈ, ਇਹ ਤੇ ਸਾਨੂੰ ਫਿਗਰ ਆਊਟ ਕਰਨਾ ਪੈਣਾ, ਇਹਨਾਂ ਨੂੰ ਨੱਤ ਪਾਉਣੀ ਪੈਣੀ ਆ, ਨਹੀਂ ਤਾਂ ਇਹਨਾਂ ਨੇ ਵੀ ਭਾਜੀ ਜਿੱਦਾਂ ਉੱਥੇ ਲਿਜਾ ਕੇ ਮੁਸਲਿਮ ਕੌਮ ਖੜੀ ਕੀਤੀ ਆ ਜਾਂ ਹੋਰ ਐਕਸਟ੍ਰੀਮਿਸਟ ਖੜੇ ਕੀਤੇ, ਇਹਨਾਂ ਨੇ ਆਪਣੀ ਸਿੱਖ ਕੌਮ ਨੂੰ ਵੀ ਉੱਥੇ ਲਿਜਾ ਕੇ ਖੜਾ ਕਰ ਦੇਣਾ। ਨਹੀਂ ਨਹੀਂ, ਸਾਨੂੰ ਵੰਗਾਰਾਂ ਪਾਉਣੀਆਂ ਪੈਣੀਆਂ ਲੋਕਾਂ ਨੂੰ, ਸਰਕਾਰਾਂ ਨੂੰ, ਸਾਨੂੰ ਤਰਲੇ ਕਰਨੇ ਪੈਣੇ ਆ ਵੀ ਭਾਈ ਅਸੀਂ ਇਹਨਾਂ ਦੇ ਨਾਲ ਦੇ ਨਹੀਂ, ਸਾਨੂੰ ਟ੍ਰੀਟ ਕਿਉਂ ਕੀਤਾ ਜਾਂਦਾ ਇਹਨਾਂ ਵਾਂਗੂ। ਹਾਂਜੀ, ਤੇ ਭਾਜੀ ਇਹਨਾਂ ਦਾ ਵੀ ਵੈਸੇ ਫਰਜ਼ ਬਣਦਾ, ਪਰ ਇਹਨਾਂ ਨੂੰ ਜਿੱਦਾਂ ਹੁਣ ਤੁਸੀਂ ਦੱਸ ਰਹੇ ਆ, ਹੋਰ ਵੀ ਚਲੋ ਕਾਫੀ ਵੀਰ ਆ ਕੇ ਦੱਸਦੇ ਆ, ਇਹਨਾਂ ਨੂੰ ਪਤਾ ਆਇਆ ਵੀ, ਮਤਲਬ ਕਹਿਣ ਦਾ ਮਤਲਬ ਇਹਨਾਂ ਨੂੰ ਸਮਝ ਆਉਣੀ ਚਾਹੀਦੀ ਆ ਹੁਣ ਵੀ, ਬਈ ਆਪਾਂ ਸਿੱਖ ਕੌਮ ਦਾ ਪਹਿਲਾਂ ਵੀ ਇੰਨਾ ਘਾਣ ਕਰਾ ਲਿਆ, ਹੁਣ ਬਾਹਰਲੇ ਮੁਲਕਾਂ ਜਾ ਕੇ ਤਾਂ ਬਚਾ ਲਈਏ, ਨਹੀਂ ਤਾਂ ਵੀ ਸਾਡੇ ਨਾਲ ਵੀ ਇਹਨਾਂ ਨੇ ਕਿਸੇ ਨਾ ਕਿਸੇ ਦਿਨ ਇਹ ਕੰਮ ਕਰਨਾ। ਨਗਰ ਕੀਰਤਨ ਕੱਢਦੇ ਭਾਜੀ ਕੈਲੀਫੋਰਨੀਆ, ਹਰੇਕ ਟਾਊਨ ਚ ਪੰਜ ਪੰਜ ਗੁਰਦੁਆਰੇ ਆ, ਉੱਥੇ ਦੀ ਜਿਹੜੀ ਆਪਣੀ ਕੌਮ ਦੀ ਗਿਣਤੀ ਆ 25,000 ਲਾ ਲਓ ਜਿੱਦਾਂ, ਉਹ ਪੰਜੇ ਗੁਰਦੁਆਰੇ ਭਾਜੀ ਜਦੋਂ ਕੱਢਦੇ ਆ ਨਾ, ਇਹਨਾਂ ਦਾ ਵਪਾਹ ਪੈਂਦਾ ਨੀ ਆਮ ਲੋਕਲ ਨਾਲ, ਸਾਨੂੰ ਪਤਾ ਭਾਜੀ ਉਹ ਗਾਲਾਂ ਕੱਢਦੇ ਹੁੰਦੇ, ਕਹਿੰਦੇ ਤੁਸੀਂ ਕੰਮ ਕੀ ਫੜਿਆ, ਕਹਿੰਦੇ ਹਰੇਕ ਜਗ੍ਹਾ ਰਾਹ ਰੋਕ ਕੇ ਪੈ ਜਾਂਦੇ ਆ ਵੀ ਇੱਕ ਜਗ੍ਹਾ ਕੱਢ ਲਓ, ਇੱਕ ਪਰੇਡ ਕਰ ਲਓ ਆਪਣੀ, ਠੀਕ ਹੈ ਨਾ। ਇਹ ਸਾਰੇ ਚੀਜ਼ਾਂ ਇਹਨਾਂ ਨੂੰ ਦੇਖਣੀਆਂ ਪੈਣੀਆਂ, ਪਰ ਇਹਨਾਂ ਨੂੰ ਵਧੀਆ ਭਾਈ ਚਲੋ ਤੁਸੀਂ ਕਰ ਰਹੇ ਆ, ਹੀਲਾ ਵਸੀਲਾ, ਇਹਨਾਂ ਦਾ ਇੰਨੀ ਗੱਲ ਕਰ ਲਈ, ਸਤਿ ਸ਼੍ਰੀ ਅਕਾਲ। ਠੀਕ ਹੈ ਜੀ, ਥੈਂਕ ਯੂ, ਧੰਨਵਾਦ ਜੀ। ਔਰ ਮੈਨੂੰ ਲੱਗਦਾ ਵੀ ਆ ਸ਼ਾਇਦ ਪਿੱਛੇ ਜੇ ਕੈਨੇਡਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਹੀ ਮੈਨੂੰ ਲੱਗਦਾ, ਉੱਥੋਂ ਦੇ ਸਰਕਾਰ ਨੇ ਮਤਲਬ ਜਿਹੜੀ ਰੂਲਰ ਪਾਰਟੀ ਆ ਉਹਨਾਂ ਨੇ ਇਹ ਗੱਲ ਕਹੀ ਵੀ ਹੈ ਵੀ ਜਿਹੜੇ ਸਿੱਖ ਹੈਗੇ ਆ ਇਹਨਾਂ ਦੇ ਵਿੱਚ ਜਿਹੜਾ ਇਹ ਗਰੁੱਪ ਹੈ ਇਹ ਐਕਸਟ੍ਰੀਮਿਸਟ ਹੈ ਇਹ, ਸ਼ਾਇਦ ਉਹਨਾਂ ਨੂੰ ਟੈਰਰਿਸਟ ਵੀ ਉਹਨਾਂ ਨੇ ਜਿਹੜਾ ਕਿਹਾ, ਅੱਤਵਾਦੀ ਵੀ ਕਿਹਾ ਉਹਨਾਂ ਨੂੰ, ਹੁਣ ਉਹਦੇ ਵਿੱਚ ਬੜਾ ਰੌਲਾ ਪਾਇਆ ਸੀ ਇਹਨਾਂ ਬੰਦਿਆਂ ਨੇ ਵੀ ਸਾਨੂੰ ਇਦਾਂ ਕਾਤੇ ਕਹਿਤਾ, ਥੋੜੀਆਂ ਹਰਕਤਾਂ ਦੱਸਦੀਆਂ, ਥੋੜੀਆਂ ਦੱਸਦੀਆਂ ਨਾ ਤੁਸੀਂ ਕਰਦੇ ਉਦਾਂ ਦੇ ਕਾਰਨ। ਦੇਖੋ ਇਹ ਨਹੀਂ ਕਹਿ ਸਕਦੇ ਵੀ ਕਿਉਂਕਿ ਅਸੀਂ ਜਿਹੜੀ ਦਹਿਸ਼ਤਗਰਦੀ ਕਰਦੇ ਆ ਉਹਦੇ ਪਿੱਛੇ ਸਾਡਾ ਜਿਹੜਾ ਭਾਵਨਾ ਹੈਗੀ ਹੈ ਉਹ ਭਾਵਨਾ ਸਾਡੇ ਧਰਮ ਦੇ ਮੁਤਾਬਕ ਬੜੀ ਠੀਕ ਹੈ, ਸਾਰੇ ਹੀ ਇੱਦਾਂ ਕਹੀ ਜਾਂਦੇ ਆ। ਜਿਹੜਾ ਵੀ ਐਕਸਟ੍ਰੀਮਿਸਟ ਹੈ ਨਾ ਉਹਦੇ ਕੋਲ ਰੀਜ਼ਨ ਹੈ ਐਕਸਟ੍ਰੀਮਿਸਟ ਹੋਣ ਦਾ, ਉਹ ਦੇ ਰਿਹਾ ਲੋਕਾਂ ਨੂੰ ਜਸਟੀਫਿਕੇਸ਼ਨ ਜਿਹੜੀ ਹੈਗੀ ਉਹਦੇ ਕੋਲ ਹੈਗੀ ਹੈ, ਜਿਹੜਾ ਕੱਲ ਬੰਦੇ ਨੇ ਕਾਰਾ ਕੀਤਾ ਉਹਨੂੰ ਪੁੱਛ ਕੇ ਦੇਖ ਲਓ ਉਹਦੇ ਕੋਲ ਜਸਟੀਫਿਕੇਸ਼ਨ ਹੈਗੀ ਹੈ, ਪਰ ਉਹ ਜਸਟੀਫਿਕੇਸ਼ਨ ਤੁਸੀਂ ਨਹੀਂ ਦੇ ਸਕਦੇ ਗੇ ਕਿਉਂਕਿ ਤੁਹਾਨੂੰ ਅਧਿਕਾਰ ਨਹੀਂ ਮਿਲਦਾ ਗਾ ਕਿਸੇ ਵੀ ਲੈਵਲ ਦੇ ਉੱਤੇ ਜਾ ਕੇ ਤੁਸੀਂ ਕਿਤੇ ਵੀ ਆਪਣੀ ਗੱਲ ਨੂੰ ਆਪਣੀ ਮਨਵਾਉਣ ਵਾਸਤੇ ਜਾਂ ਤੁਹਾਡੀ ਗੱਲ ਦੇ ਖਿਲਾਫ਼ ਕਿਤੇ ਗੱਲ ਹੋਈ ਹੈ, ਤੁਹਾਡੀਆਂ ਮਨੋਤਾਂ ਦੇ ਖਿਲਾਫ਼ ਕੋਈ ਗੱਲ ਹੋਈ ਹੈ ਤਾਂ ਤੁਸੀਂ ਉਸ ਗੱਲ ਦੇ ਉੱਤੇ ਜਾ ਕੇ ਹਥਿਆਰ ਚੱਕ ਕੇ ਖੜੇ ਹੋ ਜਾਓ ਉੱਥੇ, ਤੁਹਾਨੂੰ ਅਧਿਕਾਰ ਨਹੀਂ ਮਿਲਦਾ ਕਿਤੇ ਵੀ ਲੈਵਲ, ਤੁਹਾਨੂੰ ਸਮਝਣਾ ਪੈਣਾ ਇਸ ਗੱਲ ਨੂੰ, ਅੱਜ ਸਮਝ ਲਓ ਕੱਲ ਨੂੰ ਸਮਝ ਲਓ, ਅਸੀਂ ਇਸ ਗੱਲ ਨੂੰ ਮਤਲਬ ਸਾਡੇ ਵਿੱਚੋਂ ਬਹੁਤ ਵੱਡਾ ਤਬਕਾ ਹੈ ਜਿਹੜਾ ਅੱਜ ਮੰਨਦਾ ਸਮਝਦਾ, ਔਰ ਮੈਂ ਤਾਂ ਨਾ ਬਹੁਤ ਵਾਰੀ ਸੋਚਦਾ ਹੁੰਦਾ ਸੀਗਾ ਜਦੋਂ ਦਿੱਲੀ ਦੇ ਵਿੱਚ ਕਤਲੇਆਮ ਹੋਇਆ ਸਿੱਖਾਂ ਦਾ, ਉਹਦਾ ਕਾਰਨ ਜਿਹੜਾ ਹੈਗਾ ਉਹ ਬਣਿਆ ਇਹ ਜਿਹੜਾ ਤਤਕਾਲੀਨ ਕਾਰਨ ਜਿਹਨੂੰ ਕਹਿੰਦੇ ਆ ਇੱਦਾਂ, ਉਹ ਇਹ ਬਣਿਆ ਵੀ ਉੱਥੋਂ ਇੰਦਰਾ ਗਾਂਧੀ ਨੂੰ ਮਾਰ ਦਿੱਤਾ, ਮਾਰਨ ਵਾਲੇ ਦੋ ਸਿੱਖ ਸੀਗੇ, ਤੇ ਉਹਨਾਂ ਬੰਦਿਆਂ ਨੇ ਜਿਹੜਾ ਆਪਣਾ ਗੁੱਸਾ ਕੱਢਣ ਵਾਸਤੇ ਬਦਲਾ ਲੈਣ ਵਾਸਤੇ ਜਿਹੜੇ ਨਿਰਦੋਸ਼ੇ ਸਿੱਖ ਸੀਗੇ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਸੀਗਾ, ਜਿਨ੍ਹਾਂ ਨੇ ਨਾ ਤਾਂ ਭੜਕਾਇਆ ਸੀਗਾ ਉਹਨਾਂ ਨੂੰ ਇੰਦਰਾ ਗਾਂਧੀ ਨੂੰ ਮਾਰਨ ਵਾਸਤੇ, ਨਾ ਸਾਥ ਦਿੱਤਾ ਸੀ ਉਹਨਾਂ ਨੂੰ ਇੰਦਰਾ ਗਾਂਧੀ ਨੂੰ ਮਾਰਨ ਵਾਸਤੇ, ਨਾ ਹਥਿਆਰ ਮੁਹੱਈਆ ਕਰਾਏ, ਨਾ ਉਹਨਾਂ ਨੂੰ ਸ਼ੈਲਟਰ ਦਿੱਤਾ, ਨਾ ਉਹਨਾਂ ਨੂੰ ਪਨਾਹ ਦਿੱਤੀ, ਕੁਛ ਨਹੀਂ ਕੀਤਾ ਸੀ ਉਹਨਾਂ ਬੰਦਿਆਂ ਨੇ, ਉਹ ਤਾਂ ਵਿਚਾਰੇ ਆਮ ਕਿਰਤੀ ਸਿੱਖ ਸੀ ਸਾਰੇ, ਉਹ ਕੋਈ ਮਤਲਬ ਜਿਹੜੇ ਮਤਲਬ ਦਿੱਲੀ ਦੇ ਵਿੱਚ ਤਾਂ ਬੜੇ ਗਰੀਬ ਸਿੱਖ ਵੀ ਰਹਿੰਦੇ ਸੀ ਨਾ, ਉਹ ਤਾਂ ਏਦਾਂ ਛੋਟੇ ਛੋਟੇ ਘਰਾਂ ਦੇ ਵਿੱਚ ਰਹਿੰਦੇ ਸੀਗੇ, ਆਪਣਾ ਛੋਟੇ ਛੋਟੇ ਕੰਮ ਜਿਹੜੇ ਕਰਦੇ ਸੀ, ਆਪਣੇ ਦੁਕਾਨਾਂ ਚਲਾਉਂਦੇ ਸੀ, ਕੋਈ ਫੈਕਟਰੀ ਚ ਕੰਮ ਕਰਦਾ ਏਦਾਂ, ਉਹਨਾਂ ਨੂੰ ਤਾਂ ਪਤਾ ਵੀ ਨਹੀਂ ਸੀਗਾ ਵੀ ਕੀ ਹੋ ਕੀ ਰਿਹਾ ਇਸ ਲੈਵਲ ਤੇ ਜਾ ਕੇ ਜਿਹੜਾ ਹੈਗਾ, ਪਰ ਉਹਨਾਂ ਬੰਦਿਆਂ ਨੂੰ ਜਦੋਂ ਟਾਰਗੇਟ ਕਰਕੇ ਉਹਨਾਂ ਨੇ ਏਦਾਂ ਜੀਂਦਿਆਂ ਨੂੰ ਸਾੜਤਾ ਗਲਾਂ ਚ ਟਾਇਰ ਪਾ ਪਾ ਕੇ, ਏਦਾਂ ਘਰ ਦੀਆਂ ਬੱਚੀਆਂ ਨਾਲ, ਭੈਣਾਂ ਨਾਲ, ਮਾਵਾਂ ਨਾਲ, ਜਿਹੜੇ ਉਹਨਾਂ ਨੇ ਜਿਹੜੇ ਕੋ ਕਰਮ ਕੀਤੇ ਉੱਥੋਂ ਦੇ ਐਕਸਟ੍ਰੀਮਿਸਟ ਉਹਨਾਂ ਹਿੰਦੂਆਂ ਨੇ ਜਿਹੜਾ ਹੈਗਾ ਉਹ ਕੀਤਾ, ਤੁਹਾਨੂੰ ਕੀ ਲੱਗਦਾ
ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਕੋਈ ਬੰਦਾ ਦੱਸੇ, ਜਿਹੜਾ ਬੰਦਾ ਦਿੱਲੀ ਦਾ ਉਹ ਜ਼ਰੂਰ ਇਸ ਗੱਲ ਨੂੰ ਧਿਆਨ ਰੱਖੇ, ਜਿਹਦਾ ਪਰਿਵਾਰ ਦਾ ਕੋਈ ਬੰਦਾ ਇੱਦਾਂ ਇਸ ਇੰਸੀਡੈਂਟ ਦੇ ਵਿੱਚ ਗਿਆ, ਉਹ ਜ਼ਰੂਰ ਆਪਣੇ ਦਿਲ ਤੇ ਹੱਥ ਰੱਖ ਕੇ ਦੇਖ ਕੇ ਦੱਸੇ ਵੀ ਕੀ ਤੁਸੀਂ ਬਹੁਤ ਖੁਸ਼ ਸੀ ਸਿੱਖਾਂ ਨੇ ਇੰਦਰਾ ਗਾਂਧੀ ਮਾਰਤੀ ਹੈ ਤਾਂ। ਮਨ ਦੇ ਵਿੱਚ ਤਾਂ ਸੋਚਦੇ ਸੀ ਨਾ ਤੁਸੀਂ ਵੀ ਸਾਡੇ ਬਾਰੇ ਕੀ ਸੋਚਿਆ ਹੋਣਾ ਇਹਨਾਂ ਨੇ, ਇੰਨਾ ਵੀ ਸਾਡੇ ਆਗੂਆਂ ਨੇ ਸਾਡੇ ਲੀਡਰਾਂ ਨੇ ਇਹ ਨਹੀਂ ਸੋਚਿਆ ਗਾ ਵੀ ਉਹ ਦੇਸ਼ ਦੀ ਪ੍ਰਧਾਨ ਮੰਤਰੀ ਮਾਰਾਂਗੇ ਤਾਂ ਅਗਲੇ ਕੀ ਕਰਨਗੇ। ਬਿਲਕੁਲ, ਉਸ ਗੱਲ ਦੇ ਲਈ ਤੁਸੀਂ ਕੋਈ ਸੇਫਟੀ ਨਹੀਂ ਰੱਖੀ ਆਪਣੀ। ਹਾਂਜੀ, ਉਹਦੇ ਲਈ ਤੁਸੀਂ ਇਹ ਸਾਰੀਆਂ ਕੁਰਬਾਨੀਆਂ ਅੱਜ ਜਦੋਂ ਉਹਨਾਂ ਟਾਈਮਾਂ ਦੇ ਵਿੱਚ ਮੈਨੂੰ ਮੇਰਾ ਮਨ ਕਹਿੰਦਾ ਇਸ ਗੱਲ ਦੇ ਲਈ, ਕਿਉਂਕਿ ਮੈਂ ਵੀ ਉਹਨਾਂ ਪਰਿਵਾਰਾਂ ਦੇ ਵਿੱਚੋਂ ਆਇਆ ਜਿਨ੍ਹਾਂ ਪਰਿਵਾਰਾਂ ਜਿਹੜੇ ਪਰਿਵਾਰ ਉੱਥੇ ਰਹਿੰਦੇ ਸੀ ਉਹੋ ਜਿਹੇ ਅਸੀਂ ਆ ਇੱਦਾਂ। ਉਹ ਬੰਦੇ ਮੋਟੀਆਂ ਮੋਟੀਆਂ ਗਾਲਾਂ ਉਦੋਂ ਕੱਢਦੇ ਹੋਣੇ ਆ ਵੀ ਇਹਨਾਂ ਦੇ ਕਰਕੇ ਸਾਡਾ ਮੇਰੀ ਭੈਣ ਨਾਲ ਆ ਕੰਮ ਹੋਇਆ। ਬਿਲਕੁਲ, ਮੇਰਾ ਪਿਓ ਮਾਰ ਦਿੱਤਾ ਗਿਆ, ਮੇਰਾ ਭਰਾ ਮਾਰ ਦਿੱਤਾ ਗਿਆ, ਪਰ ਹੁਣ ਕੀ ਕਰਦੇ ਹੋ? ਉਧਰੋਂ ਤਾਂ ਸਰਕਾਰ ਵੈਰੀ, ਹਾਂਜੀ, ਜੇ ਉਧਰੋਂ ਕੌਮ ਦੇ ਨਾਲ ਅੱਡਾ ਲਾ ਲੈਂਦੇ ਇਧਰੋਂ ਇਹ ਵੈਰੀ ਬਣ ਜਾਂਦੇ, ਜਿਹੜੇ ਬੱਚੇ ਖੁੱਚੇ ਵਿਚਾਰੇ ਜਾਂਦੇ ਕਿੱਥੇ? ਉਹਨਾਂ ਬੰਦਿਆਂ ਨੇ ਮਾਰੀ ਦਿਆਂ ਨੇ ਜਿਹੜਾ ਇਹਨਾਂ ਗੱਲਾਂ ਦਾ ਸਾਥ ਦਿੱਤਾ, ਤੇ ਜਿਹੜੇ ਬੰਦੇ ਉਸ ਜਿਹੜਾ ਜੈਨੋਸਾਈਡ ਸਾਡਾ ਹੋਇਆ ਉਦੋਂ ਉਦੋਂ ਜਿਹੜੇ ਉਹਦੇ ਵਿੱਚ ਮਾਰੇ ਗਏ ਬੰਦੇ ਆ, ਉਹਨਾਂ ਬੰਦਿਆਂ ਦੇ ਪਰਿਵਾਰਾਂ ਨੇ ਏਦਾਂ ਸੀ ਵੱਟ ਲਈ ਆਪਣੀ ਜਿਹੜੀ ਹੈਗੀ, ਜਿੱਦਾਂ ਕਹਿੰਦੇ ਨਾ ਬੇਵੱਸ ਹੋ ਗਏ ਬੰਦੇ ਜਿਹੜੇ ਏਦਾਂ, ਨਾ ਤਾਂ ਸਰਕਾਰ ਕੋਲੇ ਵੰਗਾਰ ਲਾਉਣ ਜੋਗੇ ਆ ਨਾ ਕੌਮ ਕੋਲੇ ਲਾਉਣ ਜੋਗੇ, ਦੋਨੇ ਜ਼ਾਲਮ ਹੈ। ਜੇ ਇਹਨਾਂ ਦਾ ਸਾਥ ਨਹੀਂ ਦਿੰਦੇ ਤਾਂ ਇਹ ਮਾਰਦੇ ਆ, ਜੇ ਸਰਕਾਰ ਨੂੰ ਤੁਸੀਂ ਜਾ ਕੇ ਕਹਿੰਦੇ ਤਾਂ ਸਰਕਾਰ ਤਾਂ ਪਹਿਲਾਂ ਹੀ ਮਾਰਤੇ ਤੁਹਾਡੇ ਏਦਾਂ, ਕਿਵੇਂ ਕਰੋਗੇ ਤੁਸੀਂ ਆਪਣੇ ਆਪ ਦੇ ਵਿੱਚ? ਤੇ ਕੁਛ ਕੁ ਸਾਲਾਂ ਦੇ ਵਿੱਚ ਉਹ ਬੰਦੇ ਜਿਹੜੇ ਹੈਗੇ ਆ, ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਹੁਣ ਤਾਂ ਮਰਨ ਵਾਲਾ ਤਾਂ ਮਰ ਗਿਆ, ਜਾਣ ਵਾਲਾ ਚਲਾ ਗਿਆ, ਹੁਣ ਕਿਉਂਕਿ ਸਾਡੀ ਸੰਪੈਥੀ ਜਿਹੜੀ ਹੈ ਲੋਕਾਂ ਦੇ ਵਿੱਚ ਬਣੀ ਹੈ ਪਰਿਵਾਰਾਂ ਦੇ ਨਾਲ ਜਿਹੜੀ ਹੈਗੀ ਹੈ, ਹੁਣ ਸਰਕਾਰ ਨੇ ਤਾਂ ਕੁਛ ਕਰਨਾ ਨੀ ਡੈਫੀਨੇਟਲੀ, ਕਿਉਂਕਿ ਸਰਕਾਰ ਨੇ ਤਾਂ ਸਾਡੀ ਪਹਿਲਾਂ ਹੀ ਦੁਸ਼ਮਣ ਆ ਉਹ, ਜੇ ਕਿਸੇ ਆਸ ਬੱਝੀ ਉਹਨਾਂ ਨੂੰ ਤਾਂ ਇਹਨਾਂ ਬੰਦਿਆਂ ਤੋਂ ਬੱਝੀ, ਜਿਹੜੇ ਬੰਦੇ ਐਕਸਟ੍ਰੀਮਿਸਟ ਸੀਗੇ ਜਿਹੜੇ ਜਿਹਨਾਂ ਦੇ ਗਰੁੱਪ ਸੀ ਜਿਹੜੇ ਬਾਹਰ ਚਲੇ ਗਏ ਵੀ ਉਹ ਪੈਸਾ ਪੂਸਾ ਭੇਜਣਗੇ ਇੱਥੇ, ਕੋਈ ਚਾਰ ਪੈਸੇ ਹੋਣਗੇ, ਕੋਈ ਸਾਨੂੰ ਕੋਈ ਕੰਮ ਘਰ ਬਣਾ ਦਊਗਾ, ਕੋਈ ਯਤੀਮਖਾਨਾ ਖੋਲ ਦੂ ਸਾਡੇ ਨਿਆਣਿਆਂ ਵਾਸਤੇ, ਉਹਨਾਂ ਨੇ ਇਸ ਗੱਲ ਕਰਕੇ ਚੁੱਪ ਕਰਕੇ ਉਹਨਾਂ ਬੰਦਿਆਂ ਦਾ ਸਾਥ ਦਿੰਦੇ ਗਏ। ਨਹੀਂ ਤਾਂ ਤੁਸੀਂ ਇਮਾਨਦਾਰੀ ਨਾਲ ਦਿਲ ਤੇ ਹੱਥ ਰੱਖ ਕੇ ਦੱਸੋ ਵੀ ਕੌਣ ਬੰਦਾ ਇੱਦਾਂ ਜਰ ਲੈਂਦਾ ਹੈ? ਹੁਣ ਇਹ ਕਾਰਨ ਸਾਡੇ ਬਣੇ ਆ, ਅਸੀਂ ਉਹਨਾਂ ਟਾਈਮਾਂ ਦੇ ਵਿੱਚ ਸਾਡੇ ਸਵਾਰਥੀ ਹੋ ਗਏ, ਅਸੀਂ ਖੁੱਲ ਕੇ ਇਹ ਗੱਲ ਜਿਹਨਾਂ ਘਰ ਪਰਿਵਾਰਾਂ ਨਾਲ ਵਾਪਰਿਆ ਸੀਗਾ ਖੁੱਲ ਕੇ ਇਹ ਗੱਲ ਕਹਿ ਨਹੀਂ ਸਕੇਗੀ ਕਿ ਬਈ ਇਹ ਤਰੀਕਾ ਨਹੀਂ ਗਾ ਕੋਈ। ਜੇ ਤੁਹਾਨੂੰ ਕਿਸੇ ਗੱਲ ਦੇ ਲਈ ਹੈਗਾ, ਸ਼ੁਰੂ ਤੋਂ ਗੱਲ ਆਪਾਂ ਕਰਨੀ ਸ਼ੁਰੂ ਕਰੀਏ ਕਿ ਸਾਡੇ ਨਾਲ ਸਮੱਸਿਆਵਾਂ ਹੋਈਆਂ, ਸਰਕਾਰ ਨੇ ਕਿੱਥੇ ਕਿੱਥੇ ਧੱਕਾ ਕੀਤਾ, ਤੇ ਸਹੀ ਤਰੀਕੇ ਦੇ ਨਾਲ ਉਹਨੂੰ ਲੋਕਾਂ ਦੇ ਵਿੱਚ ਲੈ ਕੇ ਜਾਈਏ। ਹੁਣ ਵੀ ਤਾਂ 84 ਤੋਂ ਬਾਅਦ ਜਦੋਂ 35-36-37 ਸਾਲ ਹੋ ਗਏ ਆ, ਹੁਣ ਵੀ ਤਾਂ ਅਸੀਂ ਆਪਣੇ ਆਪ ਦੇ ਵਿੱਚ ਹਰੇਕ ਸਾਲ ਮੁਜ਼ਾਹਰੇ ਕਰਕੇ ਕੋਰਟ ਦੇ ਵਿੱਚ ਰਿੱਟ ਲਾ ਕੇ ਹੁਣ ਵੀ ਤਾਂ ਕਰੀ ਜਾਂਦੇ ਹਾਂ, ਉਦੋਂ ਨਹੀਂ ਕਰ ਸਕਦੇ ਸੀ ਅਸੀਂ? ਆਪਣੀ ਇੰਨੀ ਕੌਮ ਮਰਵਾ ਕੇ ਵੀ ਤਾਂ ਅਸੀਂ ਕੀਤਾ ਹੀ ਹੈ, ਇਹੀ ਤਰੀਕਾ ਸੀ ਉਦੋਂ ਵੀ। ਸੁਣੀ ਜਾਵੇ ਕਿੰਨੀ ਕੁ ਸੁਣੀ ਜਾਂਦੀ ਕਿੰਨੀ ਕੁ ਨਹੀਂ ਸੁਣੀ ਜਾਂਦੀ ਉਹ ਵੱਖਰਾ ਵਿਸ਼ਾ ਉਹ, ਪਰ ਗੱਲ ਇਹ ਹੈਗੀ ਆ ਵੀ ਸਹੀ ਤਰੀਕੇ ਦੇ ਨਾਲ ਆਪਣੇ ਆਪ ਨੂੰ ਅਸੀਂ ਆਪਣੇ ਕੀਤੇ ਕੰਮਾਂ ਨੂੰ ਜਿਹੜਾ ਹੈਗਾ ਜਸਟੀਫਾਈ ਨਾ ਕਰੀਏ, ਉਹਨਾਂ ਦੇ ਸਹੀ ਰੀਜ਼ਨ ਦਈਏ ਆਪਣੇ ਆਪ ਦੇ ਵਿੱਚ।